ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਟਰਨਰ ਅਤੇ ਮਸ਼ੀਨਿਸਟ ਦੀ ਕਲਾਸ ਵਿੱਚ ਸਵਾਗਤ ਹੈ। ਮੈਂ ਪ੍ਰਭਜੋਤ ਸਿੰਘ, ਟਰਨਰ ਇੰਸਟਰਕਟਰ, ਗੌਰਮੈਂਟ ITI ਭਲਾਡਾ। ਅੱਜ ਦਾ ਆਪਣਾ ਵਿਸ਼ਾ ਹੈਗਾ ਰਿਪੇਅਰ ਆਫ ਜਾਜ਼ ਆਫ ਚੱਕ ਆਫ ਲੇਥ ਮਸ਼ੀਨ। ਅੱਜ ਆਪਾਂ ਲੇਥ ਮਸ਼ੀਨ ਚੱਕ ਦੇ ਜਾਜ਼ ਦੀ ਰਿਪੇਅਰ ਕਰਾਂਗੇ। ਆਓ ਆਪਾਂ ਪਹਿਲਾਂ ਲੇਥ ਮਸ਼ੀਨ ਦੇ ਕੋਲ ਚੱਲਦੇ ਹਾਂ। ਇਹ ਲੇਥ ਮਸ਼ੀਨ ਹੈ ਜੀ। ਇਹ ਲੇਥ ਮਸ਼ੀਨ ਦਾ ਚੱਕ ਹੈ। ਇਹ ਦੋ ਕਿਸਮ ਦੇ ਚੱਕ ਆਉਂਦੇ ਆ। ਇੱਕ ਤਾਂ ਇਹਦੇ 'ਚ ਹੁੰਦਾ 4 ਜਾ ਚੱਕ, ਇੱਕ ਹੁੰਦਾ 3 ਜਾ ਚੱਕ। ਜਿਹੜਾ 3 ਜਾ ਚੱਕ ਹੁੰਦਾ ਉਹਦੇ 'ਚ ਉਹ ਆਟੋ ਸੈਂਟਰ ਹੋ ਜਾਂਦਾ। 4 ਜਾ ਚੱਕ ਦੇ ਵਿੱਚ ਆਪਾਂ ਨੂੰ ਇਹਦੇ ਜੋਬ ਸੈਂਟਰ ਵਿੱਚ ਕਰਨਾ ਪੈਂਦਾ ਹੈ। ਅਤੇ ਕਈ ਵਾਰੀ ਇਹਨਾਂ ਜਾਜ ਦੇ ਜਿਹੜੇ ਚੱਕ ਦੇ ਜਾਜ ਹੁੰਦੇ ਨੇ ਇਹਨਾਂ ਵਿੱਚ ਪ੍ਰੋਬਲਮ ਆ ਜਾਂਦੀ ਹੈ। ਕਈ ਵਾਰੀ ਜਾ ਜਦੋਂ ਆਪਾਂ ਹੈਂਡਲ ਨਾਲ ਕਰਦੇ ਹਾਂ ਜਾ ਮੂਵ ਨਹੀਂ ਕਰਦਾ, ਜਾ ਟਾਈਟ ਹੋ ਜਾਂਦਾ ਹੈ। ਕਈ ਵਾਰੀ ਫ੍ਰੀ ਵੀ ਹੋ ਜਾਂਦਾ ਵੀ ਇਹਦੀ ਅੱਗੋ ਜੋ ਜਿਹੜੀ ਥਰੈਡ ਕੱਟੇ ਹੁੰਦੇ ਆ ਥਰੈਡ ਕਿਤੇ ਖਤਮ ਹੋ ਜਾਂਦੇ ਨੇ ਜਾ ਦੇ ਜਾਂ ਜਾ ਦੇ ਸਪਿੰਡਲ ਦੇ। ਅੱਜ ਹੁਣ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ, ਜਾ ਦੇ ਵਿੱਚ ਜਾ ਮੂਵ ਨਹੀਂ ਕਰ ਰਿਹਾ। ਇਹਨੂੰ ਆਪਾਂ ਦੇਖਦੇ ਹਾਂ ਕਰਕੇ ਬਾਹਰ ਕੱਢ ਕੇ ਵੀ ਇਹਦੀ ਕਿਸ ਤਰ੍ਹਾਂ ਰਿਪੇਅਰ ਹੋਏਗੀ। ਆਓ ਜੀ, ਆਹ ਦੇਖੋ ਇਹ 4 ਜਾ ਚੱਕ ਹੈ, ਇਹ ਮੂਵ ਨਹੀਂ ਕਰਦਾ। ਇਹਨੂੰ ਪਹਿਲਾਂ ਆਪਾਂ ਥੋੜ੍ਹੀ ਜਿਹੀ ਹੈਮਰ ਦੇ ਨਾਲ ਥੋੜ੍ਹੀ ਜਿਹੀ ਸੱਟ ਲਾਵਾਂਗੇ। ਇਹਨੂੰ ਐਵੇਂ ਇਹਨੂੰ ਬਾਹਰ ਕੱਢਾਂਗੇ ਆਪਾਂ। ਇਹਨੂੰ ਹੈਂਡਲ ਦੀ ਮਦਦ ਨਾਲ ਇਹਨੂੰ ਚੱਕ ਜਾ ਨੂੰ ਆਪਾਂ ਚੱਕ ਦੇ ਵਿੱਚੋਂ ਬਾਹਰ ਕੱਢਾਂਗੇ। ਆਹ ਦੇਖੋ ਇੱਥੋਂ ਆ ਕੇ ਇੱਥੋਂ ਆਪਾਂ ਹੁਣ ਹੈਮਰ ਨਾਲ ਹੱਥ ਲਾ ਕੇ ਇੱਕ ਬਾਹਰ ਕੱਢਾਂਗੇ। ਆਹ ਦੇਖੋ ਇਹ ਜਾ ਹੁਣ ਬਾਹਰ ਨਿਕਲ ਗਿਆ। ਆਹ ਦੇਖੋ ਜਿਵੇਂ ਇਹਦੇ 'ਚ ਵੀ ਆ ਇੱਥੇ ਥਰੈਡ ਹੈ। ਆਹ ਦੇਖੋ ਇਹਦੇ 'ਚ ਡਸਟ ਕਰਕੇ ਇਹਦੇ 'ਚ ਪ੍ਰੋਬਲਮ ਹੈ, ਕਾਫੀ ਜ਼ਿਆਦਾ ਡਸਟਿੰਗ ਹੋਈ ਹੋਈ ਹੈ। ਅਤੇ ਅੱਗੇ ਆ ਸਪਿੰਡਲ ਹੈ, ਸਪਿੰਡਲ ਵਿੱਚ ਵੀ ਆਪਾਂ ਦੇਖਾਂਗੇ ਇਹਦੇ 'ਚ ਵੀ। ਆਹ ਦੇਖੋ ਆਹ ਸਪਿੰਡਲ ਹੈ ਵਿੱਚ, ਇਹਦੇ 'ਚ ਆਪਾਂ ਬ੍ਰੱਸ਼ ਦੀ ਮਦਦ ਨਾਲ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਵੀ ਕੁਛ ਕੁ ਕੋਈ ਪਾਰਟੀਕਲ ਕੋਈ ਡਸਟ ਵਗੈਰਾ ਇਹਦੇ ਵਿੱਚ ਫਸ ਜਾਂਦੀ ਹੈ। ਆਹ ਦੇਖੋ ਜੀ, ਜਦੋਂ ਜੋਬ ਬਣਾਉਂਦੇ ਸਮੇਂ ਵੀ ਇਹਦੇ 'ਚ ਬਰਾਦਾ ਵਗੈਰਾ ਫਸ ਜਾਂਦਾ। ਇਹਨੂੰ ਆਪਾਂ ਇਹਦੀ ਹੈਂਡਲ ਦੀ ਮਦਦ ਨਾਲ ਮੂਵ ਕਰਾਂਗੇ ਅਤੇ ਇਹਨੂੰ ਵਿੱਚੋਂ ਇਹਦੇ ਸਪਿੰਡਲ ਦੇ ਜਿਹੜੇ ਥਰੈਡ ਨੇ ਇਹਨਾਂ ਨੂੰ ਸਾਫ਼ ਕਰਾਂਗੇ। ਆਹ ਦੇਖੋ ਇਹਦੇ ਵਿੱਚ ਦੇਖੋ ਕਾਫੀ ਜ਼ਿਆਦਾ ਇਹਨੂੰ ਸਾਫ਼ ਕੀਤਾ ਅਤੇ ਮੁੜ ਕੇ ਬਾਅਦ ਵਿੱਚ ਇਹਨੂੰ ਇਹਦੇ ਨਾਲ ਓਇਲਿੰਗ ਕਰਾਂਗੇ ਆਪਾਂ ਘੀ ਦੀ ਮਦਦ ਨਾਲ ਅਤੇ ਇਹਨੂੰ ਮੂਵ ਕਰਾਂਗੇ ਇਹਦੇ ਨਾਲ। ਇਹ ਆ ਦੇਖੋ ਇੱਥੋਂ ਓਇਲਿੰਗ ਕਰਦੇ ਹੋਏ ਇਹਨੂੰ ਮੂਵ ਕੀਤਾ ਹੈਂਡਲ ਨਾਲ ਤਾਂ ਕਿ ਪ੍ਰੋਪਰ ਢੰਗ ਨਾਲ ਇਹਨੂੰ ਕਰਕੇ ਇਹ ਸਾਰਾ ਦੇਖੋ ਇਹ ਸਪਿੰਡਲ ਸਾਫ਼ ਹੋ ਗਈ ਹੈ ਇਹਦੇ ਨਾਲ ਇਹਨੂੰ ਮੂਵ ਕਰਕੇ। ਅਤੇ ਹੁਣ ਆਪਾਂ ਜਿਹੜਾ ਇਹਦਾ ਜਾ ਬਾਹਰ ਕੱਢਿਆ ਉਹਦੇ ਆਪਾਂ ਉਹਦੀ ਕਲੀਨਿੰਗ ਕਰਾਂਗੇ। ਇਹਨੂੰ ਡੀਜ਼ਲ ਨਾਲ ਜਾਂ ਕੋਈ ਵੀ ਹੋਰ ਕੁਝ ਵੀ ਲੈ ਕੇ ਉਹਦੇ ਨਾਲ ਦੇਖੋ ਆਹ ਲੈ ਕੇ ਇਹਦੇ ਨਾਲ ਆ ਦੇਖੋ ਪ੍ਰੋਪਰ ਇਹਦਾ ਸਾਰਾ ਇਹਨੂੰ ਆਪਾਂ ਸਾਫ਼ ਕੀਤਾ ਕਚਰਾ ਜਿਹੜੀ ਸਾਰੇ ਡਸਟ ਪਾਰਟੀਕਲ ਸੀ ਉਹ ਸਾਰੇ ਦੇਖੋ ਇਹਦੇ ਨਾਲ ਆਪਾਂ ਸਾਰੇ ਸਾਫ਼ ਕਰਤੇ। ਆ ਦੇਖੋ ਜੀ ਹੁਣ ਤੁਹਾਡੇ ਸਾਰਿਆਂ ਸਾਹਮਣੇ ਹੈ, ਇਹ ਸਾਫ਼ ਹੋ ਚੁੱਕਿਆ। ਹੁਣ ਇਹਦੇ 'ਚ ਕੋਈ ਉਹ ਵੀ ਨਹੀਂ ਹੈ, ਇਹਨੂੰ ਆਪਾਂ ਸਾਰੇ ਨੂੰ ਹੀ ਇਹਦੇ ਨਾਲ ਸਾਰੇ ਜਾਣ ਨੂੰ ਇੱਕ ਵਾਰੀ ਇਹਦੇ ਨਾਲ ਸਾਫ਼ ਕਰ ਦਾਂਗੇ। ਆਹ ਦੇਖੋ ਇਹ ਹੁਣ ਤੁਹਾਡੇ ਸਾਹਮਣੇ ਇਹ ਸਾਫ਼ ਹੋ ਚੁੱਕਿਆ। ਆਹ ਦੇਖੋ ਅਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਦੁਬਾਰਾ ਫਿੱਟ ਕਰਾਂਗੇ ਥੋੜ੍ਹੀ ਜਿਹੀ
ਆਪਾਂ ਹੈਮਰ ਦੇ ਨਾਲ ਸੱਟ ਲਗਾਵਾਂਗੇ। ਆ ਦੇਖੋ, ਅਤੇ ਹੁਣ ਆਪਾਂ ਹੈਂਡਲ ਦੀ ਮਦਦ ਨਾਲ ਇਹਨੂੰ ਥੋੜ੍ਹੀ ਜਿਹੀ ਹੋਰ ਆਪਾਂ ਸੈੱਟ, ਆ ਦੇਖੋ ਹੁਣ ਹੈਂਡਲ ਦੀ ਮਦਦ ਨਾਲ ਇਹਨੂੰ ਵਿੱਚ ਪਾਵਾਂਗੇ ਜੀ। ਆ ਦੇਖੋ ਜੀ, ਆ ਦੇਖੋ ਇਹ ਸਾਰਾ, ਇਹ ਹੁਣ ਚੰਗੀ ਤਰ੍ਹਾਂ ਇਹ ਸਾਰਾ ਹੋ ਚੁੱਕਿਆ, ਹੁਣ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਇਸੇ ਤਰ੍ਹਾਂ ਆਪਾਂ ਜਿਵੇਂ ਇਹਨੂੰ ਬਾਹਰ ਕੱਢਦੇ ਹਾਂ, ਜੇ ਕਈ ਵਾਰੀ ਇਹਦੀ ਚੂੜੀ ਖਤਮ ਹੋਈ ਹੋਵੇ ਜਾਂ ਇਹਦੀ ਜਾਂ ਸਪਿੰਡਲ ਦੀ, ਤਾਂ ਉਹਨੂੰ ਆਪਾਂ ਫਿਰ ਚੇਂਜ ਕਰਾਂਗੇ, ਫਿਰ ਇਹਦੀ ਰਿਪੇਅਰ ਨਹੀਂ ਹੁੰਦੀ। ਜੇ ਕਿਤੇ ਡਸਟ ਪਾਰਟੀਕਲ ਕਰਕੇ ਹੈ ਤਾਂ ਇਹਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਇਸਦੀ ਕਲੀਨਿੰਗਨੈਸ ਜਾਂ ਰਿਪੇਅਰ ਕਰਾਂਗੇ। ਅਤੇ ਇਸੇ ਤਰ੍ਹਾਂ ਹੀ ਇਹਦੇ ਜਿਹੜੇ ਬਾਕੀ ਜਾ ਨੇ ਉਹਨਾਂ ਨੂੰ ਵੀ ਕੱਢ ਕੇ ਇਸੇ ਤਰ੍ਹਾਂ ਹੀ ਆਪਾਂ ਉਹਨਾਂ ਦੀ ਵੀ ਰਿਪੇਅਰ ਕਰਾਂਗੇ। ਇਸ ਤਰ੍ਹਾਂ ਆਪਾਂ ਲੇਸ ਚੱਕ ਦੇ ਜਾ ਦੀ ਰਿਪੇਅਰ ਕਰਦੇ ਹਾਂ। ਜੇ ਕਿਸੇ ਸਾਰਿਆਂ ਨੂੰ ਪਸੰਦ ਆਏ ਤਾਂ ਸਾਰੇ ਲਾਈਕ ਕਰਨਾ। ਸਤਿ ਸ਼੍ਰੀ ਅਕਾਲ।